ਕਿ ਇੱਥੇ ਬਜ਼ੁਰਗ ਤੇ ਛੋਟੇ ਛੱਟੇ ਬੱਚੇ ਠੰਡ ਵਿੱਚ ਰੁੜ ਰਹੇ ਨੇ। ਸਾਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਇਹ ਮੋਦੀ ਸਰਕਾਰ ਕੀ ਕਰ ਰਹੀ ਹੈ। ਇਹ ਸਾਨੂੰ ਮਨਜ਼ੂਰ ਨਹੀਂ, ਸਾਡਾ ਇਹ ਫੈਸਲਾ ਛੇਤੀ ਤੋਂ ਛੇਤੀ ਜਲਦ ਤੋਂ ਜਲਦ ਹੋਣਾ ਚਾਹੀਦਾ, ਨਹੀਂ ਤੇ ਅਸੀਂ ਭਾਵਾਂ 2 ਸਾਲ ਇੱਥੇ ਬੈਠੇ ਰਾਂਗੇ, ਅਸੀਂ ਜਾਵਾਂਗੇ ਨਹੀਂ ਕਰਾਂ। ਇਹ ਜਾ ਬਣਾਉਂਦਾ ਬਣਾਉਂਦਾ ਕੱਪ ਸਾਫ ਕਰਦਾ ਕਰਦਾ ਰਾਜ ਕੁੱਤਾ ਰਾਜ ਬਿਠਾ ਲਿਆ ਤੇ ਚੱਕੀ ਚੱਟਣ ਜਾ। ਸੋ ਹਸਾਵੇ ਦਾ ਮੋਦੀ ਦਾ ਇਹ ਚਾਹ ਬਣਾਉਣ ਵਾਲਾ, ਇਹਨੂੰ ਕੀ ਪਤਾ ਕਿਸਾਨੀ ਕੀ ਹੁੰਦੀ ਆ ਜੀ, ਹੈ ਕਿ ਨਹੀਂ। ਇਹ ਹੁਣ ਕਦੀ ਡਾਲਾ ਮਾਲਾ, ਕਦੀ 1 ਤਰੀਕ, ਕਦੀ 2 ਤਰੀਕ, ਇਹਨਾਂ ਦਾ ਤਾਂ ਜ਼ੋਰ ਨਹੀਂ ਲੱਗਦਾ। ਕਿਸਾਨ ਵਿਚਾਰੇ ਇੱਥੇ ਰੋਲਣ ਡਏ ਆ, ਇਹਨੂੰ ਤਾਂ ਕੋਈ ਸ਼ਰਮ ਨਹੀਂ ਹੈ। ਪਤਾ ਨਹੀਂ ਕਿੱਥੇ ਲੋਕੇ ਬੈਠਾ, ਕਿੱਥੇ ਕੁੱਤਾ ਬੈਠਾ, ਕਿੱਥੇ ਦਈ ਸਾਹਮਣੇ ਤੇ ਆਵੇ, ਇੱਥੇ ਇਹਦੇ ਲੱਤਾਂ ਪਾੜ ਕੇ ਨਾ ਸੁੱਟ ਦਈਏ ਇਹਦੀਆਂ। ਜਿਹੜਾ ਮਰੇਗਾ ਜਿੱਦਣ ਦਾ ਕੁਰਸੀ ਤੇ ਬੈਠਾ ਮੋਦੀ ਸੜੋਤੇ ਹੀ ਉਦਣ ਦਾ ਘੇਰੇ ਚ ਕਦੀ ਐਸ ਜਹਾਜ਼ ਤੋਂ ਉੱਤਰ ਇੱਧਰ ਚੜ ਇੱਧਰ ਉੱਤਰ ਇੱਧਰ, ਇਹਨੂੰ ਤਾਂ ਭੁੱਖੇ ਦੀ ਧੀ ਰੱਜੀ ਦੇ ਖੇਡ ਆਉਣ ਲੱਗੀ। ਮੇਰੀ ਸਰਕਾਰ ਮੁਰਦਾਬਾਦ, ਮੋਦੀ ਮਰ ਗਿਆ, ਹਾਏ ਹਾਏ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੁਸੀਂ ਤੇ ਮੈਂ ਮਨਪ੍ਰੀਤ ਸਿੰਘ ਕਿਸਾਨੀ ਸੰਘਰਸ਼ ਦੀ ਜਦੋਂ ਗੱਲ ਕਰਦੇ ਆ ਤਾਂ ਹਰ ਰੋਜ਼ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਲੋਕਾਂ ਦੀ ਗਿਣਤੀ ਆ ਵੱਧ ਰਹੀ ਆ। ਤੁਸੀਂ ਦੇਖ ਰਹੇ ਹੋ ਪਿੱਛੇ ਬਹੁਤ ਸਾਰੀਆਂ ਮਹਿਲਾਵਾਂ ਨੇ ਜੋ ਲਗਾਤਾਰ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਇਹਨਾਂ ਦੇ ਨਾਲ ਜਾਣ ਗੱਲਬਾਤ ਵੀ ਕਰਾਂਗੇ। ਬਹੁਤ ਸਾਰੇ ਲੋਕ ਜੀ ਸੰਘਰਸ਼ ਦੇ ਵਿੱਚ ਜੁੜ ਰਹੇ ਨੇ। ਅੱਜ ਤੁਸੀਂ ਕਿੱਥੋਂ ਜੁੜੇ ਹੋ ਜੀ? ਅਸੀਂ ਵੀ ਇੱਥੋਂ ਹੀ, ਕੜਾ ਆਨੰਦਗੜ੍ਹ ਦੇਵੀਗੜ੍ਹ ਤੋਂ ਜੀ, ਪਟਿਆਲੇ ਤੋਂ। ਤਾਂ ਇੱਥੇ ਆ ਕੇ ਕਿਵੇਂ ਦਾ ਲੱਗਿਆ ਤੇ ਸਰਕਾਰ ਤੋਂ ਕਿੰਨੀਆਂ ਕੁ ਉਮੀਦਾਂ ਰੱਖ ਕੇ ਆਏ ਹੋ ਤਾਂ ਕਿਸ ਤਰ੍ਹਾਂ ਦਾ ਯੋਗਦਾਨ ਆ ਜਿਹੜਾ ਤੁਹਾਡਾ ਰਹੇਗਾ ਜੀ? ਸਾਡਾ ਯੋਗਦਾਨ ਬਹੁਤ ਅੱਛਾ ਰਹੂਗਾ, ਅਸੀਂ ਬਹੁਤ ਹੀ ਉਮੀਦਾਂ ਰੱਖ ਕੇ ਆਏ ਹਾਂ ਤੇ ਅਸੀਂ ਇਹ ਇੱਥੇ ਵੇਖ ਕੇ ਸਾਨੂੰ ਅੱਛਾ ਵੀ ਲੱਗਿਆ ਹੈ ਤੇ ਕੁਝ ਅੱਛਾ ਵੀ ਨਹੀਂ ਲੱਗਿਆ। ਕਿਉਂਕਿ ਅੱਛਾ ਸਾਨੂੰ ਇਹ ਲੱਗਿਆ ਹੈ ਕਿ ਕਿਸਾਨ ਇੱਕ ਹੈ, ਹਰਿਆਣਾ ਤੇ ਪੰਜਾਬ ਇੱਕ ਹੋ ਗਿਆ ਹੈ, ਇੱਕ ਹੋ ਗਿਆ ਜੀ। ਹਾਂਜੀ, ਤੇ ਨਾ ਅੱਛਾ ਲੱਗਣ ਦਾ ਕਾਰਨ ਇਹ ਹੈ ਕਿ ਇੱਥੇ ਬਜ਼ੁਰਗ ਤੇ ਛੋਟੇ ਛੋਟੇ ਬੱਚੇ ਠੰਡ ਵਿੱਚ ਰੁੜ ਰਹੇ ਨੇ। ਸਾਨੂੰ ਵੇਖ ਕੇ ਬਹੁਤ ਦੁੱਖ ਆਉਂਦਾ ਹੈ ਕਿ ਇਹ ਮੋਦੀ ਸਰਕਾਰ ਕੀ ਕਰ ਰਹੀ ਹੈ, ਕਾਲੇ ਕਾਨੂੰਨ ਸਾਰੇ ਰੱਦ ਕਰਨ। ਜੀ ਜੀ ਮਾਤਾ ਜੀ, ਕੀ ਕੀ ਕਹਿ ਰਹੇ ਸੀ? ਸਾਨੂੰ ਇਹ ਜਿਹੜੇ ਕਾਲੇ ਕਾਨੂੰਨ ਨੇ ਰੱਦ ਹੋਣੇ ਚਾਹੀਦੇ ਨੇ। ਉਹ ਕਾਨੂੰਨਾਂ ਦੀ ਲੜਾਈ ਦੇ ਲਈ ਆਪਾਂ ਲਗਾਤਾਰ ਲੜਾਈ ਲੜ ਰਹੇ ਹਾਂ। ਮਾਤਾ ਜੀ, ਤੁਸੀਂ ਤੁਸੀਂ ਕਿੱਥੋਂ ਜੁੜੇ ਜੀ? ਅਸੀਂ ਕੜਾਮ ਤੋਂ ਜੀ। ਤੁਹਾਡਾ ਕੀ ਵਿਚਾਰ ਹੈ ਜੀ? ਕਾਨੂੰਨ ਦਾ ਵਿਚਾਰ ਹੈ ਵੀ ਆਪਣਾ ਜੋ ਇਹਨਾਂ ਸੰਘਰਸ਼ ਕਾਲੇ ਕਾਨੂੰਨ ਕੀਤੇ ਨੇ ਉਹ ਖਤਮ ਕਰਨ ਤੇ ਅਸੀਂ ਆਪਣੇ ਜਿਹਨਾਂ ਚ ਰਹੋ ਘਰਾਂ ਜਾਈ। ਜੇ ਕਿਸਾਨ ਵੀ ਨਹੀਂ ਰਹੂਗਾ ਤੇ ਫੂਡ ਕਿੱਥੋਂ ਮਿਲੂਗਾ? ਕਿਸੇ ਨੂੰ ਵੀ ਨਹੀਂ ਮਿਲੂਗਾ। ਇਹ ਕਿਸਾਨਾਂ ਕੱਲਿਆਂ ਦੀ ਲੜਾਈ ਨਹੀਂ ਹੈ, ਇਹ ਸਭ ਦੀ ਲੜਾਈ ਹੈ। ਕਿਉਂਕਿ ਕਿਸਾਨ ਨਹੀਂ ਰਹੂਗਾ ਤੇ ਰੋਟੀ ਬਹੁਤ ਮਹਿੰਗੀ ਹੋ ਜੂਗੀ। ਜਿਹੜੀ ਕਣਕ ਅੱਜ 15-16 ਰੁਪਏ ਕਿਲੋ ਹੈ, ਉਹ ਕਣਕ 50-60 ਰੁਪਏ ਹੋ ਜੂਗੀ ਤੇ ਕੌਣ ਖਾਊਗਾ ਇਸ ਨੂੰ? ਕੋਈ ਗਰੀਬ ਵੀ ਨਹੀਂ, ਅਮੀਰ ਵੀ ਕੋਈ ਨਹੀਂ ਖਾ ਸਕਦਾ ਜੀ। ਮਾਤਾ ਜੀ, ਤੁਹਾਡੇ ਕੋਲੇ ਆਉਂਗਾ, ਕਿਹਾ ਜਾ ਰਿਹਾ ਕਿ ਸੰਘਰਸ਼ ਦੇ ਵਿੱਚ ਰਾਜਨੀਤੀ ਤੋਂ ਭਟਕੇ ਹੋਏ ਲੋਕ ਬੈਠੇ ਨੇ, ਪਰ ਅਸੀਂ ਵੇਖਿਆ ਲਗਾਤਾਰ ਸਾਡੇ ਬਜ਼ੁਰਗ ਡਟੇ ਹੋਏ ਨੇ, ਕੁਝ ਬਜ਼ੁਰਗ ਸ਼ਹੀਦ ਵੀ ਹੋਏ ਨੇ, ਉਹਨਾਂ ਜਿਹੜੇ ਜੀ ਸ਼ਹੀਦ ਹੋਏ ਨੇ, ਇਹ ਸਾਨੂੰ ਬਹੁਤ ਵੱਡਾ ਦੁੱਖ ਹੈ ਸਾਡੇ ਸ਼ਹੀਦ ਹੋਏ ਨੇ, ਪਰ ਅਸੀਂ ਇੱਥੇ ਡਟ ਕੇ ਰਹਾਂਗੇ ਜਿੰਨਾ ਚਿਰ ਸਾਨੂੰ ਕਾਨੂੰਨ ਸਰਕਾਰ ਮੰਗਾ ਮੰਨ ਨਹੀਂ ਰਹੀ। ਤੇ ਅੱਜ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੋਈ ਹੈ ਤੇ ਜਿਹੜੀ ਸਰਕਾਰ ਮੀਟਿੰਗ ਤੇ ਮੀਟਿੰਗ ਤਰੀਕਾਂ ਵੱਧ ਰਹੀਆਂ ਨੇ ਜੀ। ਇਹ ਸਾਨੂੰ ਮਨਜ਼ੂਰ ਨਹੀਂ, ਸਾਡਾ ਇਹ ਫੈਸਲਾ ਛੇਤੀ ਤੋਂ ਛੇਤੀ ਜਲਦ ਤੋਂ ਜਲਦ ਹੋਣਾ ਚਾਹੀਦਾ, ਨਹੀਂ ਤੇ ਅਸੀਂ ਭਾਵਾਂ 2 ਸਾਲ ਇੱਥੇ ਬੈਠੇ ਰਹਾਂਗੇ, ਅਸੀਂ ਜਾਵਾਂਗੇ ਨਹੀਂ ਘਰਾਂ ਨੂੰ। ਬੱਚੇ ਨਹੀਂ, ਬੱਚੇ ਇੱਥੇ ਬੈਠੇ ਨੇ, ਅਸੀਂ ਬੈਠੇ ਰਹਾਂਗੇ। ਬੱਚੇ ਵੀ ਇੱਥੇ ਨੇ? ਹਾਂਜੀ, ਸਾਡੇ ਬੱਚੇ ਵੀ ਇੱਥੇ ਨੇ। ਪਿੱਛੇ ਕੋਈ ਕੰਮ ਕਰਨ ਵਾਲਾ ਵੀ ਨਹੀਂ ਸਾਡੇ ਘਰ, ਸਾਰੇ ਇੱਥੇ। ਕੋਈ ਕੰਮ ਕਰਨ ਵਾਲਾ ਨਹੀਂ, ਸਾਡੇ ਸਾਰੇ ਬੱਚੇ ਇੱਥੇ ਬੈਠੇ ਨੇ, ਨਿੱਕੇ ਬੱਚੇ ਬੈਠੇ ਨੇ, ਵੱਡੇ ਬੈਠੇ ਨੇ, ਸਾਡੇ ਘਰ ਵਿੱਚ ਕੋਈ ਨਹੀਂ, ਅਸੀਂ ਇਕੱਲੀਆਂ ਔਰਤਾਂ ਵਾਂ। ਅਸੀਂ ਆਪ ਵੀ ਇੱਥੇ ਹੀ ਰਹਾਂਗੇ, ਅਸੀਂ ਮਾਲ ਡੰਗਰ ਲੈ ਕੇ ਇੱਥੇ ਹਾਜ਼ਰ ਹੋਵਾਂਗੇ ਜਿੰਨਾ ਚਿਰ ਸਾਨੂੰ ਕੁਛ ਸਾਡੀ ਮੰਗ ਨਹੀਂ ਪੂਰੀ ਹੁੰਦੀ। ਜੀ ਬਿਲਕੁਲ, ਤਾਂ ਮੰਗਾਂ ਪੂਰੀਆਂ ਹੋਏ। ਮਾਤਾ ਜੀ, ਬਹੁਤ ਜ਼ਿਆਦਾ ਉਮਰ ਹੈ, ਇਹ ਠੰਡ ਵੀ ਹੈ ਇੱਥੇ, ਬਹੁਤ ਠੰਡ ਵਧੀ ਹੋਈ ਹੈ ਜਦੋਂ ਦੀਆਂ ਬਾਰਿਸ਼ਾਂ ਸ਼ੁਰੂ ਹੋਈਆਂ। ਬੱਚੇ ਨਹੀਂ ਰੋਕਦੇ ਵੀ ਤੁਸੀਂ ਆਰਾਮ ਕਰ ਲਓ, ਕੋਈ ਨਾ ਜੀ, ਤਾਂ ਅਸੀਂ ਨਾ, ਸਾਡੇ ਬੱਚੇ ਸਾਨੂੰ ਕੋਈ ਰੋਕਦੇ ਨੇ ਤੇ ਅਸੀਂ ਬੱਚਿਆਂ ਵਾਸਤੇ ਕਰਦੇ ਹਾਂ, ਸਾਡੇ ਬੱਚਿਆਂ ਦੀ ਜ਼ਮੀਨਾਂ ਕੋਈਆਂ ਗਈਆਂ, ਇਹਨਾਂ ਖਾਣਗੇ ਕੀ? ਅਸੀਂ ਇਹ ਕਾਲੇ ਕਾਨੂੰਨ ਜਿੰਨਾ ਚਿਰ ਵਾਪਸ ਨਾ ਹੋਣਗੇ ਉਹਨਾਂ ਚਿਰ ਅਸੀਂ ਨਹੀਂ ਜਾਵਾਂਗੇ। ਬੱਚੇ ਦਾ ਤਾਂ ਰੋਕਣਗੇ ਨਾ, ਵੀ ਜੇ ਬੱਚਿਆਂ ਲਈ ਅਸੀਂ ਕੋਈ ਚੰਗਾ ਨਹੀਂ ਕਰ ਰਹੇ ਤੇ ਅਸੀਂ ਬੱਚਿਆਂ ਨੂੰ ਦੀਦਾ, ਅਸੀਂ ਖਾਣਾ ਕਿੱਥੋਂ? ਖਾਣਾ ਕਿੱਥੋਂ ਬੱਚਿਆਂ ਨੂੰ? ਮੋਦੀ ਸਾਡੇ ਕਾਨੂੰਨ ਜਿਹੜੇ ਰੱਦ ਕਰ ਦੇਵੇ ਤੇ ਸਾਨੂੰ ਸਾਰਾ ਕੁਝ ਮਨਜ਼ੂਰ ਆ। ਤਾਂ ਜਕਾਰੇ ਤੁਸੀਂ ਸੁਣ ਰਹੇ ਹੋ, ਤਾਂ ਜੀ ਸਾਰਿਆਂ ਦੀ ਇੱਕ ਇੱਕ ਗੱਲ ਤੁਹਾਡੀ ਲਵਾਂਗੇ ਕਿ ਸਰਕਾਰ ਨੂੰ ਕੀ ਅਪੀਲ ਰਹੇਗੀ ਹੁਣ? ਤੁਸੀਂ ਇੰਨੇ ਇਸ ਉਮਰ ਦੇ ਵਿੱਚ ਵੀ ਜਿਹੜਾ ਸੰਘਰਸ਼ ਦੇ ਵਿੱਚ ਆਏ ਹੋ, ਸਰਕਾਰ ਨੂੰ ਕੀ ਮੈਸੇਜ ਰਹੇਗਾ? ਮੈਸੇਜ ਤਾਂ ਇਹੀ ਹੈ ਵੀ ਸਾਡੇ ਕਾਲੇ ਕਾਨੂੰਨ ਜੇ ਖਤਮ ਨਾ ਕਰੇਗਾ ਤਾਂ ਅਸੀਂ ਇੱਥੇ ਹੀ ਰਹਾਂਗੇ, ਅਸੀਂ ਜਾਵਾਂਗੇ ਨਹੀਂ।
खेती ही साडा सब कुछ है, धरती ही साडी मां है, खेती नाल ही असीं सब जी रहे हां, अगे वध रहे हां, अपने बच्चे नूं पढ़ा रहे हां। खेती ना रहूगी तो फिर साडा भी रहण दा पंजाब दा तां सारा ढांचा ही खेती ते निर्भर है। हां जी, सारा ढांचा ही खेती ते निर्भर है। डारा किते भी प्राइवेट हत्थां च वड्डियां हत्थां च चली गई तां जिहड़ा चार दाने घरे आउंदे आ ओहदे तों भी असीं वाधे राज आवांगे। असां तां बहुत है ही खेती आ, किते कम नहीं चलूगा तां खेती ते है ना, करके अपने बच्चे तां कोई पाल लूगा ना, ते जे खेती नहीं रहूगी तां कित्थों बच्चे पालांगे, की करांगे असीं। मोदी साहब ने जिहड़े अपने प्रधानमंत्री ਉਹ ਮੰਨ ਲਓ ਕਿਸੇ ਦੇ ਕਰਕੇ ਕਰ ਰਹੇ ਨੇ, ਇੰਨੀ ਕੁ ਤਾਂ ਸਮਝ ਹੋਣੀ ਆ ਸਾਰਿਆਂ ਨੂੰ। ਕੋਈ ਸਾਹਬ ਨਹੀਂ ਉਹ ਹੈਗਾ ਸਾਡੇ ਲਈ, ਸਾਡੇ ਲਈ ਕੋਈ ਸਾਹਬ ਸਾਡਾ ਦੁਸ਼ਮਣ ਆ, ਜਾਂ ਸਾਡੇ ਬੱਚੇ ਭੁੱਖੇ ਮਾਰ ਰਹੇ ਸਾਡਾ ਦੁਸ਼ਮਣ ਬਣ ਗਿਆ, ਤੇ ਹਿੰਦੁਸਤਾਨ ਸਾਰੇ ਦਾ ਦੁਸ਼ਮਣ ਬਣ ਗਿਆ। ਇਹਨੂੰ ਵੱਡਾ ਬਣਾਇਆ ਸੀ, ਇਸ ਕਰਕੇ ਬਣਾਇਆ ਕਿ ਸਾਡਾ ਕੋਈ ਸੋਚੇ, ਮੋਦੀ ਦਾ ਕਹਦਾ ਹੈ ਸਾਡਾ ਕੁਝ ਨਹੀਂ ਸੋਚੇ। ਜਿਹੜੇ ਇਹਨੇ ਕਾਨੂੰਨ ਬਣਾਏ ਆ, ਇਹਨੇ ਆਪਣੇ ਆਪ ਇਕੱਲੇ ਨੇ ਬਣਾ ਲਏ, ਦੋ ਚਾਰ ਉਹ ਬੈਠੇ ਜਿਹੜੇ ਉੱਥੇ ਟੋਡਰ ਮੱਲ ਉਹਨਾਂ ਨੇ ਬਣਾ ਲਏ, ਕਿਸਾਨਾਂ ਨੂੰ ਪੁੱਛ ਕੇ ਬਣਾਉਂਦਾ ਹੈ ਨਾ। ਇਹ ਚਾਹ ਬਣਾਉਣ ਵਾਲਾ ਇਹਨੂੰ ਕੀ ਪਤਾ ਕਿਸਾਨੀ ਕੀ ਹੁੰਦੀ ਆ, ਹੈ ਕਿ ਨਹੀਂ। ਇਹ ਹੁਣ ਕਦੀ ਟਾਲਾ ਮਾਲਾ, ਕਦੀ ਇੱਕ ਤਰੀਕ, ਕਦੀ ਦੋ ਤਰੀਕ, ਇਹਨਾਂ ਦਾ ਤਾਂ ਜ਼ੋਰ ਨਹੀਂ ਲੱਗਦਾ, ਕਿਸਾਨ ਵਿਚਾਰੇ ਇੱਥੇ ਰੋਲਣ ਡਏ ਆ। 26 ਨੂੰ ਹੁਣ ਟਰੈਕਟਰ ਮਾਰਚ ਆ, ਉਹਦੇ 'ਚ ਵੀ ਤੁਸੀਂ ਤਿਆਰੀ, ਉਹਦੇ ਵਿੱਚ ਲੜਾਂਗੇ, ਮਰਾਂਗੇ, ਜੋ ਮਰਜ਼ੀ ਹੋਊਗਾ ਸਭ ਕੁਛ ਕਰਾਂਗੇ। ਇਹਨੇ ਇੱਕੋ ਤਵੀਤ ਘੋਲ ਕੇ ਸਾਰੇ ਆਪਣੇ ਮੰਤਰੀਆਂ ਨੂੰ ਪਾਏ ਆ। ਇਹ ਕਿਹੜੇ ਸਿਆਣੇ ਕੋ ਗਿਆ ਆ, ਪਹਿਲਾਂ ਸਿਆਣੇ ਇਹਨਾਂ ਕਿਸਾਨਾਂ ਕੋ ਆਉਂਦਾ, ਫਿਰ ਇਹ ਆਪਣੇ ਕਾਨੂੰਨ ਬਣਾਉਂਦਾ। ਇਹਨੂੰ ਤਾਂ ਕੋਈ ਸ਼ਰਮ ਨਹੀਂ ਹੈ, ਪਤਾ ਨਹੀਂ ਕਿੱਥੇ ਲੋਕੇ ਬੈਠਾ, ਕਿੱਥੇ ਕੁੱਤਾ ਬੈਠਾ, ਕਿੱਥੇ ਦਹੀਂ ਸਾਹਮਣੇ ਤੇ ਆਵੇ, ਇੱਥੇ ਇਹਦੇ ਲੱਤਾਂ ਪਾੜ ਕੇ ਨਾ ਸੁੱਟ ਦਈਏ ਇਹਦੀਆਂ। ਜਿਹੜਾ ਮਰੇਗਾ ਉਹ ਇਹਨਾਂ ਦੇ ਸਾਰੇ ਤਾਂ ਰਹੇ, ਅਜੇ ਵੀ ਕਹਿ ਰਹੇ ਕਿਸਾਨਾਂ ਦੇ ਫਾਇਦੇ ਚ ਨੇ, ਅਜੇ ਵੀ ਆ ਗੰਜਰ ਝੂਠ ਬੋਲਦੇ ਆ, ਸਾਡੇ ਸਾਹਮਣੇ ਤੇ ਆਉਣ ਕੁੱਤੇ ਕੁੱਤੇ ਖਰੀਦੇ ਆ, ਉਹ ਖਾ ਖਾ ਕੇ ਤੇ ਮੱਲੇ ਪਏ ਉੱਥੇ ਆਰਾਮ ਨਾਲ, ਉਹਨਾਂ ਨੂੰ ਏਸੀਆਂ ਚ ਸੁਣਦੇ ਆ ਹਨਾ, ਕੁਰਸੀਆਂ ਤੇ ਬੈਠੇ ਆ ਬੰਦੇ, ਸਾਡੇ ਮੰਤਰੀਆਂ ਦੇ ਨਾਲ ਆਉਂਦੇ, 10-10 ਹਜ਼ਾਰ ਦੇ ਕਮਰੇ ਵਿੱਚ ਸੌਂਦੇ ਆ, ਕੁੱਤਾ ਪ੍ਰੂਫ ਤੇ ਦਿੰਦਾ ਹੁਣ ਹਰਜੀਤ ਕਿੱਥੇ ਗਿਆ। ਉਹ ਕਿਸਾਨ ਕਹਿੰਦੇ ਸੀ ਕਿ ਅਸੀਂ ਲੜਕੇ ਨਹੀਂ, ਹੱਥ ਜੋੜਦੇ ਹਾਂ ਕਿ ਇਹ ਸਾਨੂੰ ਇਨਸਾਫ ਦੇਵੇ, ਪਰ ਇਨਸਾਫ ਨਹੀਂ ਦੇ ਰਿਹਾ, ਇਸ ਕਰਕੇ ਹੁਣ ਇਹ ਜੋ ਵੀ ਅੱਗੇ ਹੋਊਗਾ। ਕਿਸਾਨ ਯੂਨੀਅਨ ਨੇ ਬਾਈਕਾਟ ਕਰਤਾ ਹਰਜੀਤ ਗਰੇਵਾਲ ਤੇ ਸਰਜੀਤ ਕੁਮਾਰ ਚੈਨੀ, ਇਹ ਸਾਰੇ ਮਰਨਗੇ, ਵਾਰੀ ਵਾਰੀ ਮਾਰਾਂਗੇ ਇਦਾਂ ਇਦਾਂ ਕਰਕੇ, ਇਹਨਾਂ ਨੂੰ ਸਾਰਿਆਂ ਨੂੰ ਮਿੱਟੀ 'ਚ ਰੋਲ ਕੇ ਫੇਰ ਇਹਨਾਂ ਕੰਮ ਖਤਮ ਹੋਊਗਾ। ਪੰਜਾਬ 'ਚ ਹਾਂ ਨਹੀਂ ਵੜਨ ਦੇਣਾ, ਇਹ ਪਹਿਲਾਂ ਜਦ ਜਿੱਦਣ ਦਾ ਕੁਰਸੀ ਤੇ ਬੈਠਾ ਮੋਦੀ ਸੜੋਤੀ, ਉਦਣ ਦਾ ਘੇਰੇ 'ਚ ਕਦੀ ਐਸ ਜਹਾਜ਼ ਤੋਂ ਉੱਤਰ ਇੱਧਰ ਚੜ੍ਹ, ਇੱਧਰ ਉੱਤਰ ਇੱਧਰ, ਇਹਨੂੰ ਤਾਂ ਭੁੱਖੇ ਦੀ ਧੀ ਰੱਜੀ ਦੇ ਖੇਡ ਆਉਣ ਲੱਗੀ। ਭੁੱਖੇ ਦੀ ਧੀ ਰੱਜ ਜਾਵੇ ਨਾ, ਉਹਨੂੰ ਕੁਛ ਪਸੰਦ ਨਹੀਂ ਆਉਂਦਾ, ਇਹਦਾ ਉਹ ਹਾਲ ਬਣਿਆ ਕੁੱਤੇ ਦਾ। ਇੱਥੇ ਸਾਨੂੰ ਇੱਕ ਕੱਪ ਚਾਹ ਵਾਲਾ ਤੰਗ ਕਰ ਰਿਹਾ ਹੈ, ਰੋਸ ਆ ਜਿਹੜਾ ਤੁਸੀਂ ਦੇਖ ਸਕਦੇ ਹੋ। ਅੱਜ ਜਿਹੜਾ ਲੋਕ ਨੇ ਦੁਖੀ ਹੋ ਕੇ ਜਿਹੜਾ ਸਰਕਾਰ ਤੋਂ ਬੈਠੇ ਨੇ, ਤੇ ਹੁਣ ਦੇਖ ਲਓ ਮਤਾਵਾਂ ਸ਼ਾਮ ਦਾ ਵਕਤ ਆ, ਠੰਡ ਵੀ ਉੱਪਰ, ਹਜੇ ਵੀ ਨਾਰੇਬਾਜ਼ੀ ਤੁਸੀਂ ਦੇਖਿਆ, ਅਸੀਂ ਘਰ ਵੀ ਦੁਖੀ ਆ, ਅਸੀਂ ਘਰ ਬੈਠੀਆਂ ਵੀ ਦੁਖੀ ਆ, ਅਸੀਂ ਇੱਥੇ ਵੀ ਦੁਖੀ ਆ, ਜਦੋਂ ਸਾਡੇ ਬੰਦੇ ਇੱਥੇ ਦੁਖੀ ਆ। ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਮਰ ਗਿਆ, ਹਾਏ ਹਾਏ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਹਾਏ ਹਾਏ, ਮੋਦੀ ਮਰ ਗਿਆ, ਹਾਏ ਹਾਏ, ਮੋਦੀ ਮਰ ਗਿਆ, ਹਾਏ ਹਾਏ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਜੀ। ਮਾਤਾ ਜੀ, ਆਖਰ ਦੇ ਵਿੱਚ ਇੱਕ ਇੱਕ ਗੱਲ ਤੁਸੀਂ ਜਿਹਨੇ ਵੀ ਹੱਥ ਗੱਲ ਰੱਖਣੀ ਹੈ, ਤੁਹਾਡਾ ਆਪਣਾ ਚੈਨਲ ਹੈ, ਤੁਸੀਂ ਆਪਣਾ ਹੱਥ ਖੜਾ ਕਰਕੇ ਗੱਲ ਰੱਖ ਸਕਦੇ ਹੋ। ਪਹਿਲਾਂ ਮਾਤਾ ਜੀ ਤੁਸੀਂ ਜੇ ਕੋਈ ਵਿਚਾਰ ਰਹਿ ਗਿਆ ਹੋਵੇ ਤੁਹਾਡਾ। ਸਾਡੇ ਜਦੋਂ ਕਾਲੇ ਕਾਨੂੰਨ ਵਾਪਸ ਲੈ ਲਏਗਾ ਠੀਕ ਹੈ, ਜੇ ਨਾ ਲਏਗਾ ਤੇ ਫਿਰ ਜੋ ਜਾਰੀ ਰਹੂਗਾ।
बाकी देखो इन्ने मुल्क ने बाहर लिया ने साड़िया ने लंगर लाए इधर लिया ने लाए इन्हें कंजर ने एक लंगर भी नहीं इतने ला सकिया कुत्ता ज्यादा भी नहीं ला सकिया ज्यादा ही ला देना ज्यादा ही मर जाना इतने आके खड़ा ही हो जाता है छत्तर मार सी ले जा रहे ਅਸੀਂ ਆਪਣੇ ਪੰਜਾਬ ਜੋ ਪਾਣੀ ਲਿਆ ਰਹੇ ਹਾਂ ਪੰਜਾਬ ਜੋ ਦੁੱਧ ਲਿਆ ਰਹੇ ਹਾਂ ਤੋਂ ਵੀ ਆ ਰਿਹਾ ਸਾਰਾ ਸਭ ਆ ਰਿਹਾ ਜੀ ਕੁਝ ਹਰਿਆਣਾ ਪੰਜਾਬ ਏਕਤਾ ਇੱਥੇ ਵੇਖੋ ਕਿਸਾਨ ਏਕਤਾ ਅਸੀਂ ਤਾਂ ਇਹੀ ਕਹਿੰਦੇ ਆ ਜਿਹੜੇ ਹਰਿਆਣਾ ਤੇ ਪੰਜਾਬ ਇੱਕ ਹੋ ਗਏ ਆ ਸਾਨੂੰ ਇਹ ਬਹੁਤ ਖੁਸ਼ੀ ਆ ਤੇ ਅਸੀਂ ਮੋਦੀ ਦੇ ਕਾਲੇ ਕਾਨੂੰਨ ਜਿੰਨਾ ਚਿਰ ਰੱਦ ਨਹੀਂ ਨਾ ਹੁੰਦੇ ਉਹਨਾਂ ਚਿਰ ਵਾਪਸ ਨਹੀਂ ਜਾਵਾਂਗੇ 26 ਤਰੀਕ ਨੂੰ ਜੋ ਹੋਊਗਾ ਜੇ ਸ਼ਹੀਦ ਵੀ ਹੋਣਾ ਪਿਆ ਤੇ ਅਸੀਂ ਉਹ ਵੀ ਹੋਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਬਿਲਕੁਲ ਟਾਨੀਆਂ ਬਾਨੀਆਂ ਦਾ ਇਹਨੂੰ ਬਹੁਤ ਤਰਸ ਆਉਂਦਾ ਆ ਆ ਕੰਜਰ ਆ ਕੇ ਵੇਖੇ ਸਹੀ ਕਿੱਦਾਂ ਇਹਨੂੰ ਇਹ ਨਹੀਂ ਦੁੱਖ ਆਉਂਦਾ ਇਹਨੂੰ ਬੈਠਾ ਕਿੱਥੇ ਸਾਨੂੰ ਇਹਨਾਂ ਤੇ ਦੱਸ ਦੋ ਤੁਸੀਂ ਵੀ ਵਿਚੋਲੇ ਆ ਵਿੱਚ ਸਾਨੂੰ ਇਹ ਤੇ ਦੱਸ ਦੋ ਬੈਠਾ ਅਸੀਂ ਤਾਂ ਪੰਜਾਬ ਆਏ ਅਸੀਂ ਕੋਈ ਹਰਿਆਣੇ ਦਾ ਹੋਵੇ ਕੋਈ ਬਿਹਾਰ ਦਾ ਕੋਈ ਵੀ ਭਰਾ ਹੋਵੇ ਅਸੀਂ ਵੀ ਉਹਨਾਂ ਦੇ ਨਾਲ ਹੀ ਲੜਾਂਗੇ ਜਿੱਦਾਂ ਸਾਡੇ ਨਾਲ ਆ ਖੜੇ ਹੋਏ ਆ ਕੱਲ ਮਾਤਾ ਜੀ ਹਰਿਆਣੇ ਵਾਲਿਆਂ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਜਹਾਜ਼ ਨਹੀਂ ਉਤਰਨ ਦਿੰਦਾ ਬਿਲਕੁਲ ਨਹੀਂ ਉਤਰਨ ਦੇਵਾਂਗੇ ਨਹੀਂ ਉਤਰਨ ਦੇ ਹਵਾ ਚੋਂ ਹੀ ਮੁੜ ਗਏ ਅਸੀਂ ਇਦਾਂ ਹੀ ਦਵਾਂਗੇ ਇਹਨੂੰ ਇਦਾਂ ਹੀ ਦਵਾਂਗੇ ਕੰਜਰ ਨੂੰ ਉਹ ਵੀ ਆਡੜੀਆਂ ਮੁੱਛਾਂ ਮਰੋੜ ਮਰੋੜ ਕੇ ਚੜ ਗਿਆ ਤਾਂ ਚਲੋ ਜੀ ਤਾਂ ਫਿਲਹਾਲ ਤੁਸੀਂ ਦੇਖ ਰਹੇ ਸੀ ਜਿਹੜੀਆਂ ਹਰਿਆਣਾ ਪੰਜਾਬ ਹਰਿਆਣਾ ਏਕਤਾ ਦੀ ਵੀ ਗੱਲ ਕੀਤੀ ਹੈ ਮਤਾਵਾਂ ਨੇ ਤੇ ਆਪਣਾ ਜਿਹੜਾ ਰੋਸ ਹੈ ਉਹ ਵੀ ਜ਼ਾਹਰ ਕੀਤਾ ਸਰਕਾਰ ਦੇ ਨਾਲ ਤੇ ਲਗਾਤਾਰ ਸਵਾਲ ਕੀਤੇ ਨੇ ਵੀ ਕਿੱਥੇ ਆ ਸਾਡੀ ਗੱਲ ਸੁਣਨੀ ਚਾਹੀਦੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਫਿਲਹਾਲ ਦੇ ਲਈ ਅਸੀਂ ਤੁਹਾਡੇ ਤੋਂ ਆਗਿਆ ਚਾਹਾਂਗੇ ਬ੍ਰਿਟਿਸ਼ ਪੰਜਾਬੀ ਦੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।